मैं पत्रकार लखविंदर सिंह पिंड पंजाबी चैनल देख रहे सारे ही दर्शकों नगर निवासियों इलाका निवासियों देश विदेश बैठे सारे ही मित्रों दोस्तों अपने वालों सत श्री अकाल बुलाना। तो अज आप इत्थे पिंड जरग दे वेट लिफ्टिंग सेंटर च खड़े हाँ, जिथे कि अज एक सन्मान समारोह होने जा रहा, जिथे नैशनल पद्धर दे खिडारियों सन्मानित किया जाना है। सो आओ गल करते हैं आपां इस सेंटर दे मुख संचालक कोच गुरिंदर सिंह जी ना, उन्हां तों पुछदे हां कि इस समागम समारोह का की मुख वेरवा है, डिटेल विच पुछदे हां, गल करते हैं गुरिंदर सिंह जी नाल। गुरिंदर सिंह जी, सब तो पहला सानू तुसी दसो जो अज यह अपने पिंड जरग विखे सन्मान समारोह हो रहा, इहदा मेन वेरवा की है? अज ना असी इत्थे साडे जिहड़े जरग दे बच्चे स्कूल नैशनल विच साई नैशनल विच मैडल प्राप्त करके आए ने, जां कुछ बच्चियां ने यूनिवर्सिटी लैवल ते मैडल प्राप्त कीते ने, उहनां नूं असी साडे हल्के दे MLA सरदार लखवीर सिंह जी लखा जी तों सन्मानित करवाउणा है। ਅਤੇ ਉਹਨਾਂ ਦੇ ਨਾਲ ਅੱਜ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਰਾਜਿੰਦਰ ਸਿੰਘ ਜੀ ਲੱਖਾ, ਯਾਦਵਿੰਦਰ ਸਿੰਘ ਜੀ ਜੰਡਾਲੀ ਅਤੇ ਪਿੰਡ ਦੇ ਮਾਸਟਰ ਰਾਮ ਸਿੰਘ ਜੀ, ਸੀਨੀਅਰ ਕਾਂਗਰਸੀ ਆਗੂ ਜਸਪ੍ਰੀਤ ਸੋਨੀ ਜੀ ਅਤੇ NRI ਸੱਜਣ ਸਰਦਾਰ ਬਲਵੀਰ ਸਿੰਘ ਜੀ ਕਨੇਡਾ, ਭਰਪੂਰ ਸਿੰਘ ਜੀ ਜਗਜੀਤ ਸਿੰਘ ਜੀ ਗੱਗੀ ਕਨੇਡਾ, ਇਹ ਸਾਰੇ ਪਹੁੰਚ ਰਹੇ ਨੇ। ਮੈਨੂੰ ਆਸ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਬਹੁਤ ਹੀ ਵਧੀਆ ਹੋਵੇਗਾ। ਠੀਕ ਆ ਜੀ, ਇਹ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਇਹਨਾਂ ਨੇ ਕੋਚ ਸਾਹਿਬ ਨੇ ਦੱਸਿਆ ਕਿ ਜੋ ਅੱਜ ਇਹ ਸਮਾਗਮ ਹੋਣ ਜਾ ਰਿਹਾ, ਤਾਂ ਕੁਝ ਹੀ ਟਾਈਮ ਦੇ ਵਿੱਚ ਇਹ ਸਮਾਗਮ ਹੋਣ ਨੂੰ ਤਿਆਰ ਆ। ਸੋ ਆਓ ਦੇਖਦੇ ਹਾਂ ਇਸ ਸਨਮਾਨ ਸਮਾਰੋਹ ਦੀਆਂ ਕੁਝ ਵਿਸ਼ੇਸ਼ ਝਲਕੀਆਂ। ਥੋੜੇ ਸਮੇਂ ਦੇ ਵਿੱਚ ਵੀ ਇਹਦੇ ਕਈ ਨਾਮਣੇ, ਕਈ ਗੋਲਡ ਮੈਡਲ, ਕਈ ਸਿਲਵਰ ਮੈਡਲ ਤੇ ਕਈ ਹੋਰ ਸਫਲਤਾਵਾਂ ਨੂੰ ਚੁੰਮਿਆ ਹੈ। ਜਿਵੇਂ ਇੱਕ ਅਖਾਣ ਹੈ, ਪਾਣੀ ਪੀਏ ਪੁੜ ਕੇ, ਗੁਰੂ ਕਰੀਏ ਚੁਣ ਕੇ। ਤੇ ਇਹ ਸਾਡੇ ਬੱਚਿਆਂ ਦੀ ਇੱਕ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਸਰਦਾਰ ਗੁਰਿੰਦਰ ਸਿੰਘ ਕੋਚ ਮੇਰੇ ਦਰਮਿਆਨ ਜਿਹੜੇ ਖੜੇ ਨੇਗੇ, ਇਹੋ ਜਿਹੇ ਕੋਚ, ਇਹੋ ਜਿਹੇ ਰਹਿਨੁਮਾ ਮਿਲੇ ਨੇਗੇ, ਜੋ ਬੜੇ ਹੀ ਸੂਝਬੂਝ ਦੇ ਨਾਲ, ਬੜੀ ਸਮਝਦਾਰੀ ਦੇ ਨਾਲ, ਕਿਉਂਕਿ ਇਹ ਖੇਡਾਂ ਦਾ ਖੇਤਰ ਇਹੋ ਜਿਹਾ ਹੈ ਕਿ ਹਰ ਕੋਈ ਹਰ ਕਿਸੇ ਨੂੰ ਖਿਡਾਉਣਾ, ਕਿਹੜੇ ਤਰੀਕੇ ਨਾਲ ਖਿਡਾਉਣਾ, ਖਾਸ ਕਰਕੇ ਵੇਟ ਲਿਫਟਿੰਗ, ਜਿਹੜਾ ਵਜ਼ਨ ਚੱਕਣਾ, ਕਿੰਨਾ ਚੱਕਣਾ, ਕਿਵੇਂ ਚੱਕਣਾ, ਕਿੱਥੇ ਖਿਡਾਉਣਾ, ਕਿਹੜੀ ਕੈਟਾਗਰੀ ਦੇ ਵਿੱਚ ਭੇਜਣਾ ਹੈਗਾ, ਤੇ ਬੜੀ ਟੈਕਨੀਕਲ ਇਹ ਗੇਮਾਂ ਨੇਗੀਆਂ ਤੇ ਇਹਦੇ ਵਿੱਚ ਬੜੇ ਨਿਪੁੰਨ ਨੇਗੇ, ਬੜੀ ਤਨਦੇਹੀ ਦੇ ਨਾਲ, ਬੜੇ ਲਗਨ ਦੇ ਨਾਲ ਇਹ ਆਪਣੇ ਕੰਮ ਨੂੰ, ਆਪਣੀ ਡਿਊਟੀ ਨੂੰ ਸਮਰਪਿਤ ਨੇ ਬੜੇ ਸੁਮਰਦ ਤਰੀਕੇ ਦੇ ਨਾਲ। ਤੇ ਇਹ ਖਿਡਾਰੀ ਨੇ ਜਿਹੜੇ ਹਰ ਸਾਲ ਤਿਆਰ ਕਰਦੇ ਨੇਗੇ। ਵਿਧਾਤਾ ਸਿੰਘ ਤੀਰ ਦੀ ਇੱਕ ਕਵਿਤਾ ਹੈ, ਨਵੀਂ ਪੁਰਾਣੀ ਤਹਿਜ਼ੀਬ, ਤੇ ਉਹਦੇ ਵਿੱਚ ਉਹ ਇੱਕ ਤੁਲਨਾ ਕਰ ਰਹੇ ਨੇ ਕਿ ਵੀ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਸੀਗਾ, ਹੁਣ ਦੇ ਸੱਭਿਆਚਾਰ ਨਾਲੋਂ ਬੜਾ ਵਧੀਆ ਸੀਗਾ। ਦੋਨਾਂ ਦੀ ਤੁਲਨਾ ਕਰਦੇ ਹੋਏ ਪੁਰਾਣੇ ਜਿਹੜੇ ਖਿਡਾਰੀ ਹੋਏ ਨੇਗੇ, ਪੁਰਾਣੇ ਸਾਡੇ ਪਹਿਲਵਾਨ ਕਿੱਕਰ ਸਿੰਘ, ਦਾਰਾ ਸਿੰਘ, ਉਹਨਾਂ ਨੂੰ ਯਾਦ ਕਰ ਰਹੇ ਨੇ ਜਿਹੜੇ ਪੁਰਾਣੇ ਸੂਰਵੀਰ ਯੋਧੇ ਵਰਿਆਮ ਹੋਏ ਨੇਗੇ। ਤੇ ਉਹ ਕਹਿੰਦੇ ਨੇਗੇ ਅੱਜ ਦੇ ਨੌਜਵਾਨਾਂ ਨੂੰ ਉਹ ਪਰਛਾਵੇਂ ਸਮਾਨ ਹੀ ਦੱਸਦੇ ਨੇਗੇ। ਉਹਦੇ ਵਿੱਚ ਉਹਨਾਂ ਨੂੰ ਗਿਲਾ ਹੈ ਉਹਨਾਂ ਨੂੰ, ਕਿਉਂਕਿ ਦਿਖਾਈ ਦਿੰਦਾ ਸੀਗਾ ਵੀ ਪੁਰਾਣੇ ਜਿਹੜੇ ਨੌਜਵਾਨ ਸੀਗੇ ਉਹ ਤਕੜੇ ਜੁੱਸੇ ਦੇ ਮਾਲਕ ਸੀਗੇ, ਤੇ ਹੁਣ ਦੇ ਜਿਹੜੇ ਜਵਾਨ ਨੇਗੇ ਤੇ ਉਹ ਇਸ ਤਰ੍ਹਾਂ ਉਹ ਰਾਹ ਤੇ ਨਹੀਂ ਚੱਲ ਰਹੇ ਹੈਗੇ। ਉਹ ਤੁਕਾਂ ਨੇ, ਉਹ ਕਹਿੰਦੇ ਨੇ ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਨੇਗੇ, ਅੱਜ ਕੱਲ ਦੇ ਗੱਭਰੂ ਤਾਂ ਪਰਛਾਵੇ ਰਹਿ ਗਏ ਨੇ, ਪੈਲੀ ਦੀ ਵਾਟ ਤੁਰਨ ਤਾਂ ਕੋਠੀ ਹਲਦੀ ਹੈ, ਦਿਲ ਧੜਕਣ ਲੱਗ ਜਾਂਦਾ ਹੈਗਾ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਤੇ ਪਰ ਮੈਂ ਇੱਥੇ ਦੇਖਦਾ, ਹਰ ਰੋਜ਼ ਮੈਂ ਇੱਥੋਂ ਦੀ ਲੰਘਦਾ ਹੈਗਾ ਤੇ ਜਦੋਂ ਇੱਥੇ ਖਿਡਾਰੀਆਂ ਨੂੰ ਦੇਖਦਾ ਹੈਗਾ, ਸੁਬਾਹ ਸ਼ਾਮ ਇੱਥੇ ਆਉਂਦੇ ਨੇਗੇ ਉਹ, ਤੇ ਤਕੜੇ ਜੁੱਸੇ ਦੇ ਮਾਲਕ ਵੀ ਨੇਗੇ। ਤੇ ਇਹ ਉਹ ਕਵਿਤਾ ਮੈਨੂੰ ਇੱਥੇ ਢੁੱਕਦੀ ਨਜ਼ਰ ਨਹੀਂ ਆਉਂਦੀ ਹੈਗੀ, ਤੇ ਉਹ ਤਕੜੇ ਜੁੱਸੇ ਦੇ ਮਾਲਕ ਵੀ ਨੇਗੇ, ਇੰਨਾ ਜ਼ਿਆਦਾ ਮੜਾ ਮੂਹੀ ਵਜ਼ਨ ਚੱਕਣ ਵਾਲੇ ਵੀ ਨੇਗੇ, ਤੇ ਉਹਨਾਂ ਦੇ ਸਾਹ ਵੀ ਨਹੀਂ ਫੁੱਲਦੇ ਹੈਗੇ। ਤੇ ਉਹ ਕਵਿਤਾ ਮੈਨੂੰ ਇੱਥੇ ਢੁੱਕਦੀ ਨਹੀਂ ਲੱਗਦੀ, ਇੱਥੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਜ਼ਿਆਦਾ ਢੁੱਕਦੀ ਲੱਗਦੀ ਹੈ,
ਜਿਵੇਂ ਉਹ ਸਿਫਤ ਕਰਦੇ ਨੇ ਪੰਜਾਬ ਦੀ, ਉਹ ਕਹਿੰਦੇ ਨੇ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਭਾਰਤ ਹੈ ਜੇ ਸ਼ਰਾਬ ਤਾਂ ਇਹ ਨਸ਼ਾ ਸ਼ਰਾਬ ਦਾ, ਆਵਣ ਨੂੰ ਤਾਂ ਆਉਂਦੀਆਂ ਹਰ ਇੱਕ ਤੇ ਜਵਾਨੀਆਂ, ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਰਾਬ ਦਾ। ਤੇ ਜਿਵੇਂ ਬਹੁਤ ਸਾਰੇ ਜਿਹੜੇ ਪਿੰਡ ਨੇ ਗੇ ਉਹਨਾਂ ਦੇ ਨਾਲ ਉਹ ਖੇਡਾਂ ਜੁੜੀਆਂ ਹੋਈਆਂ ਨੇ, ਜਿਵੇਂ ਆਪਾਂ ਜਲੰਧਰ ਦੇ ਨਾਲ ਹੀ ਹੈਗਾ ਸੰਸਾਰਪੁਰ ਦੇ ਨਾਲ ਹਾਕੀ ਜੁੜੀ ਹੋਈ ਹੈ, ਉੱਥੇ 3 ਗਰਾਊਂਡ ਨੇ ਗੇ ਤੇ ਹਰ ਰੋਜ਼ ਉੱਥੇ ਜਿਹੜੇ ਹਾਕੀ ਨੇ ਕੋਚ ਉਹਨਾਂ ਦੇ ਰੱਖੇ ਹੋਏ ਨੇ ਗੇ ਤੇ ਉਹ ਹਾਕੀ ਖੇਡਦੇ ਨੇ। ਮਾਹਲਪੁਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਉੱਥੇ ਫੁੱਟਬਾਲ ਜੁੜੀ ਹੋਈ ਹੈ, ਤੇ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਗੇ ਜਿਵੇਂ ਸੁਰਖਪੁਰ ਪਿੰਡ ਆ ਉਹਦੇ ਨਾਲ ਕਬੱਡੀ ਜੁੜੀ ਹੋਈ ਹੈ। ਤੇ ਇੱਕ ਦਿਨ ਮੈਂ ਸਮਝਦਾ ਹੈਗਾ ਇੱਕ ਦਿਨ ਇਹੋ ਜਿਹਾ ਆਏਗਾ ਆਹ ਜਿਹੜੀ ਸਰ ਜ਼ਮੀਨ ਹੈ ਇਹਦੇ ਨਾਲ ਵੇਟ ਲਿਫਟਿੰਗ ਜੁੜੀ ਹੋਏਗੀ ਤੇ ਉਹਦੇ ਚ ਸਮਾਂ ਸਾਡੇ ਨੌਜਵਾਨਾਂ ਲਈ ਵਧੀਆ ਨਹੀਂ ਹੈ। ਉਹਦੇ 3-4 ਕਾਰਨ ਅਸੀਂ ਕੱਢ ਸਕਦੇ ਹਾਂ। ਪਹਿਲੀ ਗੱਲ, ਸਪੋਰਟਸ ਜੋ ਐਕਟੀਵਿਟੀਜ਼ ਨੇ, ਸਪੋਰਟਸ ਦੇ ਲਈ ਜੋ ਵਧੀਆ ਚਾਹੀਦਾ ਹੈ, ਸਪੋਰਟਸ ਲਈ ਜੋ ਪੈਸਾ ਚਾਹੀਦਾ ਹੈ, ਸਪੋਰਟਸ ਲਈ ਜੋ ਗਰਾਊਂਡ ਚਾਹੀਦੇ ਨੇ, ਉਹ ਬੜੇ ਘੱਟ ਪਿੰਡਾਂ ਦੇ ਵਿੱਚ ਮਿਲਦੇ ਨੇ। ਸਾਰੇ ਸ਼ਹਿਰਾਂ ਦੇ ਓਰੀਐਂਟਡ ਸੈਂਟਰ ਨੇ, ਉੱਥੇ ਕੋਚ ਮਿਲ ਜਾਂਦੇ ਨੇ, ਪਿੰਡਾਂ ਦੇ ਵਿੱਚ ਇਹ ਸਾਰ ਬਹੁਤ ਹੀ ਘਾਟ ਹੈ ਇਸ ਚੀਜ਼। ਅਗਲੇ ਨੰਬਰ ਤੇ ਅਸੀਂ ਜਾਂਦੇ ਹਾਂ ਕਿ ਬੇਰੁਜ਼ਗਾਰੀ ਇੰਨੀ ਵੱਧ ਗਈ ਕਿਉਂਕਿ ਜੋ ਸਕਿੱਲਡ ਨੇ ਆਮ ਕਰਕੇ ਜਿਹੜੇ ਸਪੋਰਟਸ ਦੇ ਮਾਹਰ ਨੇ ਉਹ ਇਹਦੇ ਸਕਿੱਲ ਦੱਸਦੇ ਨੇ ਕਿ ਸਟਰੈਂਥ ਚਾਹੀਦੀ ਆ ਕਿਸੇ ਗੇਮ ਨੂੰ ਖੇਡਣ ਵਾਸਤੇ, ਕਿਸੇ ਐਕਟੀਵਿਟੀ ਨੂੰ ਕਰਨ ਵਾਸਤੇ ਸਟਰੈਂਥ ਚਾਹੀਦੀ ਆ, ਤੇ ਇਹਦੇ ਵਾਸਤੇ ਸਕਿੱਲ ਚਾਹੀਦੀ ਆ, ਸਟੈਮਿਨਾ ਚਾਹੀਦਾ, ਸਪੀਡ ਚਾਹੀਦੀ ਆ। ਵੱਖ ਵੱਖ ਆਈਟਮਾਂ ਦੇ ਨਾਲ ਵੱਖ ਵੱਖ ਜਿਹੜੀਆਂ ਗੱਲਾਂ ਨੇ ਉਹ ਲਾਗੂ ਹੁੰਦੀਆਂ ਨੇ। ਅਗਰ ਅਸੀਂ ਮੈਦਾਨ ਲੱਖਾਂ ਵੀ ਬੈਠੇ ਨੇ ਅੱਜ, ਚਲੋ ਸਭਾ ਤੋਂ ਬਣ ਗਿਆ ਕੁਦਰਤੀ, ਇਹ ਸਾਡੀ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਤੰਦਰੁਸਤੀ ਦੀ ਹੈ। ਅੱਜ ਜਿੰਨੇ ਬਿਮਾਰ, ਜਿੰਨੇ ਘੱਟ ਵਿਕਸਿਤ ਬੱਚੇ, ਬਹੁਤ ਹੀ ਮਤਲਬ ਇੱਕ ਸਾਡੇ ਲਈ ਹਿੰਦੁਸਤਾਨ ਲਈ ਸ਼ਰਮ ਵਾਲੀ ਗੱਲ ਹੈ ਕਿ ਅੱਜ ਵੀ ਸਾਡੇ 50% ਬੱਚੇ ਘੱਟ ਵੇਟ ਵਾਲੇ ਪੈਦਾ ਹੁੰਦੇ ਨੇ। ਉਹਨਾਂ ਨੂੰ ਪੂਰੀ ਨਿਊਟ੍ਰੀਸ਼ਨ ਉਹਨਾਂ ਦੀਆਂ ਮਦਰਸ ਨੂੰ ਉਹਨਾਂ ਨੂੰ ਪੂਰੀ ਜਿਹੜੀ ਚਾਹੀਦੀ ਆਪਾਂ ਨੂੰ ਡਾਇਟ ਕੈਲੋਰੀ ਜਿਹੜੀਆਂ ਚਾਹੀਦੀਆਂ ਨੇ ਉਹ ਉਹਨਾਂ ਨੂੰ ਬਿਲਕੁਲ ਪੂਰੀਆਂ ਨਹੀਂ ਮਿਲਦੀਆਂ। 50% ਬੀਲੋ ਪਾਵਰਟੀ ਲਾਈਨ ਉਹ ਬੱਚੇ ਜਿਹੜੇ ਨੇ ਅਧੂਰੇ ਰਹਿੰਦੇ ਨੇ। ਬਹੁਤ ਜ਼ਿਆਦਾ ਵਿਚਰਾਈ ਬਹੁਤੀਆਂ ਪ੍ਰਾਪਤੀਆਂ ਹੁੰਦੀਆਂ ਨੇ, ਸੋ ਵਧੀਆ ਗੱਲਾਂ ਨੇ ਇਹ, ਪਰ ਅਸੀਂ ਵਿਚਾਰੇ ਜਾਗੀਏ। ਅਗਰ ਕੋਈ ਬੱਚਾ, ਕਿਉਂਕਿ ਮੈਂ ਇਹ ਕੰਮ ਦੇ ਵਿੱਚ ਬਹੁਤ ਲੰਬਾ ਸਮਾਂ ਗੁਜ਼ਾਰਿਆ ਹੈ, ਮੈਂ ਜਿੱਥੇ ਵੀ ਗਿਆ ਉੱਥੇ ਹੀ ਜਾ ਕੇ ਟੀਮਾਂ ਤਿਆਰ ਕੀਤੀਆਂ ਨੇ, ਸਾਰਾ ਸਮਾਂ ਮੇਰਾ ਵਿਦਿਆਰਥੀਆਂ ਨਾਲ ਲੰਘਿਆ। ਪਰ ਜੇ ਤੇ ਮੈਨੂੰ ਅੱਜ ਕਹੇ ਵੀ ਟੀਚਰ ਦੀ ਜਿਹੜੀ ਜੋਬ ਹੈ, ਮੈਂ ਕਹਿੰਦਾ ਉਹ ਸਮੇਂ ਦੇ ਵਿੱਚ ਜੇ ਕੋਈ ਰਾਸ਼ਟਰਪਤੀ ਵੀ ਹੁੰਦਾ ਮੈਂ ਰਾਸ਼ਟਰਪਤੀ ਬਣਨ ਲਈ ਤਿਆਰ ਨਹੀਂ ਸੀ, ਪਰ ਮੈਂ ਟੀਚਰ ਲੱਗਣ ਲਈ ਤਿਆਰ ਸੀ। ਇੰਨੀ ਮਜ਼ੇਦਾਰ ਜ਼ਿੰਦਗੀ ਸੀ, ਹਰ ਵਕਤ ਬੱਚਿਆਂ ਨੇ ਫੁੱਲਾਂ ਵਾਂਗੂ ਹੱਸਦੇ ਰਹਿਣਾ, ਹਰ ਵਕਤ ਖੇਡਦੇ ਰਹਿਣਾ, ਕਿਸੇ ਨੇ ਵੇਖਾ ਕਰਨੀ ਆ, ਪਤਾ ਹੀ ਲੱਗਦਾ ਸੀ ਸਮਾਂ ਕਦੋਂ ਲੰਘ ਗਿਆ। ਸਹੀ ਇਸ ਕਰਕੇ ਇਹ ਜੋ ਜੀਵਨ ਹੈ ਨਾ, ਇਹ ਇੱਕ ਅਣਮੁੱਲੀ ਦਾਤ ਹੈ ਪਰਮਾਤਮਾ ਵੱਲੋਂ ਮਿਲੀ ਹੋਈ। ਮੈਂ ਦੋ ਹੀ ਬੇਨਤੀਆਂ ਕਰਨੀਆਂ ਨੇ ਸਿਰਫ, ਕਿਉਂਕਿ ਸਮਾਂ ਨਹੀਂ ਹੈ। ਅਗਰ ਕੋਈ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਪਰਫਾਰਮੈਂਸ ਚੰਗੀ ਦਿੰਦਾ ਹੈ ਤਾਂ ਉਹ ਅਸੀਂ ਉਸ ਨੂੰ ਬਿਲਕੁਲ ਉਸਦੀ ਕਿਸੇ ਵੀ ਢੰਗ ਨਾਲ ਜਿਵੇਂ ਵੀ ਹੋਵੇ ਉਹਦੀ ਮਦਦ ਕਰੀਏ। ਅੱਜ ਸਾਡੇ ਬੱਚੇ ਪ੍ਰਾਪਤੀਆਂ ਕਰਕੇ ਆਏ ਨੇ, ਬੜੇ ਲੰਬੇ ਸਮੇਂ ਮਗਰੇ ਸਪੇਸ ਦੇ ਵਿੱਚ ਜਰਗ ਦਾ ਜਿਹੜਾ ਨਾਂ ਬੋਲਣ ਲੱਗਿਆ, ਪਹਿਲਾਂ ਜਦੋਂ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਇਹ ਸਾਡੇ ਪਿੰਡ ਦੀਆਂ ਜਿਹੜੀਆਂ ਗੇਮਾਂ ਸੀ ਸ਼ੁਰੂ ਘੱਟ ਨਹੀਂ ਕਰ। ਬਾਕੀ ਗੱਲ ਹੈ ਕਿ ਅਸੀਂ ਕਾਕਾ ਜੀ ਦੇ ਨਾਲ ਆ, ਪਹਿਲਾਂ ਵੀ ਕਦੇ ਮੂੰਹ ਨਹੀਂ ਮੋੜਿਆ, ਅੱਜ ਫਿਰ ਨਹੀਂ ਮੋੜਦੇ। 1 ਸਾਲ ਵਾਸਤੇ 1,000 ਰੁਪਇਆ ਮੈਂ ਅੱਜ ਜਨਵਰੀ ਮਹੀਨੇ ਤੋਂ ਸ਼ੁਰੂ ਕਰਕੇ ਇਸ ਸੰਸਥਾ ਨੂੰ ਦਿਆ ਕਰੂੰਗਾ। 1-2 ਤਰੀਕ ਨੂੰ 1,000 ਰੁਪਇਆ ਮਿਲਤੇ ਹਰ ਮਹੀਨੇ ਮੈਨੂੰ ਕਾਕਾ ਜਿੱਥੇ ਕਹਿਣਗੀਆਂ ਉੱਥੇ ਜਮ੍ਹਾਂ ਕਰਵਾਇਆ ਕਰੂੰਗਾ। ਅਗਰ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਲੋੜ ਹੋਈ ਉਹਦੇ ਵਾਸਤੇ ਵੀ ਤਿਆਰ ਆ। ਅੱਗੇ ਵੀ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਕੋਈ ਬੱਚਾ ਜਿਹੜਾ ਹੈ ਇਸ ਕਦੀ ਉਹਨਾਂ ਰਹਿ ਜਾਵੇ ਕਿ ਉਹਨੂੰ ਮੌਕਾ ਨਹੀਂ ਮਿਲਿਆ। ਪਿੰਡ ਦੱਸਦਾ ਹੈ ਹੋਰ ਵੀ ਬਥੇਰੇ ਬੰਦੇ ਆਪਣੇ ਕੋਲ ਨੇ ਤੇ ਵੱਡੀ ਘਾਟ ਸਾਨੂੰ ਡਾਇਟ ਦੀ ਹੁੰਦੀ ਹੈ, ਕੋਈ ਚੜੀ ਦਾ ਕੋਈ ਘਾਟ ਨਹੀਂ ਹੋਊਗੀ। ਸੋ ਸੱਚੇ ਪਾਤਸ਼ਾਹ ਨੂੰ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਵੇਂ ਮਾਸਟਰ ਜੀ ਨੇ ਕਿਹਾ ਹੈ ਕਿ ਵੇਟ ਲਿਫਟਰਾਂ ਵਾਲਾ ਪਿੰਡ ਵੱਜਣ ਲੱਗ ਜਾਵੇ ਜਰਗ ਉੱਦਣ ਲੱਗ ਪਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ ਤੇ ਬਹੁਤ ਧੰਨਵਾਦ ਜਿਹੜਾ ਐਲਾਨ ਕਰਕੇ ਗਏ ਨੇਗੇ। ਤੇ ਇਸੇ ਤਰ੍ਹਾਂ ਹੀ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਭਰਦਾ ਹੈਗਾ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੇ ਉੱਦਮ ਦੇ ਨਾਲ ਹੀ ਇਹ ਸੰਸਥਾ ਜਿਹੜੀ ਹੈਗੀ ਆ, ਇਹ ਇੰਸਟੀਟਿਊਸ਼ਨ ਹੈ ਤੇ ਇਹਦੀ ਚੜ੍ਹਦੀ ਕਲਾ ਹੋਣੀ ਹੈ।
ਸਾਡੇ ਦਰਮਿਆਨ ਸਰਪੰਚ ਜਤਿੰਦਰ ਸਿੰਘ ਜੀ ਤੇ ਸੋਹਣ ਸਿੰਘ ਜੀ ਪੰਗੂ, ਭਵਨੀਤ ਸਿੰਘ ਜਰਗ ਤੇ ਸੋਹਣ ਸਿੰਘ ਜੀ ਪੰਗੂ ਤੇ ਇਹ ਪਹੁੰਚੇ ਨੇਗੇ ਤੇ ਇੱਕ ਸਾਡੇ ਮਿੱਤਰ ਪਾਲਾ ਰਾਜੇ ਵਾਲੀਆ ਜੀ ਤੇ ਜਿੱਥੇ ਵੀ ਅਸੀਂ ਬੁਲਾਉਂਦੇ ਹਾਂ ਤੇ ਖੜੇ ਮੱਥੇ ਸਵੀਕਾਰ ਕਰਦੇ ਨੇ ਉੱਥੇ ਪਹੁੰਚਦੇ ਨੇਗੇ। ਨਰਿੰਦਰ ਸਿੰਘ ਜੀ ਬਲਾਕ ਸੰਮਤੀ ਸਾਬਕਾ ਬਲਾਕ ਸੰਮਤੀ ਮੈਂਬਰ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਸ਼ੁਕਰੀਆ। ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਦਰਮਿਆਨ ਸਾਡੇ ਇਲਾਕੇ ਦੇ ਹੀ ਸੋਜਵਾਨ ਲੀਡਰ ਯਾਦਵਿੰਦਰ ਯਾਦੀ ਜੀ ਚੰਡਾਲੀ ਤੋਂ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਉਹ ਸਾਡੇ ਨਾਲ ਸਾਂਝ ਪਾਉਣਗੇ। ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਹਲਕੇ ਦੇ MLA ਸਰਦਾਰ ਲਖਵੀਰ ਸਿੰਘ ਜੀ ਔਰ ਸਾਡੇ ਪਰਮ ਮਿੱਤਰ ਰਜਿੰਦਰ ਸਿੰਘ ਜੀ ਲੱਖਾ ਬਾਣੀ, ਮਾਸਟਰ ਰਾਮ ਸਿੰਘ ਜੀ, ਸੋਨੀ ਬਾਈ ਜੀ ਔਰ ਬੋਲ ਕੇ ਗਏ ਨੇ ਹੁਣੇ ਮੇਰੇ ਗੁਰੂ ਮਾਸਟਰ ਗੁਰਮੀਤ ਸਿੰਘ ਜੀ, ਇਹਨਾਂ ਕੋਲ ਸਾਡੇ ਚੰਡਾਲੀ ਬੜਾ ਲੰਬਾ ਸਮਾਂ ਇਹਨਾਂ ਨੇ ਪੜ੍ਹਾਇਆ ਔਰ ਮੈਂ ਵੀ ਇਹਨਾਂ ਕੋਲ ਸਟੂਡੈਂਟ ਰਿਹਾ ਔਰ ਇਹ ਜਦੋਂ ਗੱਲ ਕਰ ਰਹੇ ਸੀਗੇ ਵੀ ਬੱਚਿਆਂ ਦੇ ਨਾਲ ਅਸੀਂ ਮੈਨੂੰ ਵੀ ਇਹ ਪੁਰਾਣਾ ਸਮਾਂ ਜਿਹੜਾ ਉਹ ਯਾਦ ਆ ਰਿਹਾ ਸੀ ਵੀ ਬੜਾ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਨੌਕਰੀ ਸੀ ਆਪਣੀ ਬੜੀ ਹੀ ਪ੍ਰਮੁੱਖਤਾ ਨਿਦਾਨ ਕੀਤੀ ਔਰ ਬੜਾ ਹੀ ਆਪਣੇ ਜਿੰਨਾ ਵੀ ਇਹਨਾਂ ਦਾ ਸਮਾਂ ਉੱਥੇ ਸਕੂਲ ਦੇ ਵਿੱਚ ਔਰ ਸਾਰੇ ਬੱਚਿਆਂ ਨੂੰ ਮੈਂ ਕਹਿੰਦਾ ਇੰਨਾ ਵਧੀਆ ਇਹਨਾਂ ਨੇ ਜਿਹੜੀ ਐਜੂਕੇਸ਼ਨ ਉਹ ਦਿੱਤੀ ਹੈ ਔਰ ਬਹੁਤ ਵਧੀਆ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਮਹਿੰਦਰ ਸਿੰਘ ਕੰਪਿਊਟਰ ਟੀਚਰ ਖੰਨੇ ਤੋਂ, ਹਾਕਮ ਸਿੰਘ ਰੌਣੀ ਤੋਂ, ਰਮਨਦੀਪ ਸਿੰਘ ਰੌਣੀ ਤੋਂ ਸਾਡੇ ਦਰਮਿਆਨ ਪਹੁੰਚੇ ਨੇ, ਬਹੁਤ ਸ਼ੁਕਰੀਆ। ਹੁਣ ਮੈਂ ਬੇਨਤੀ ਕਰੂੰਗਾ ਜਰਗ ਦੇ ਸਰਪੰਚ ਜਤਿੰਦਰ ਸਿੰਘ ਜੀ ਤੇ ਸਤਿਕਾਰਯੋਗ ਹਲਕਾ ਪਹਿਲ ਦੇ MLA ਸਰਦਾਰ ਲਖਵੀਰ ਸਿੰਘ ਜੀ ਲੱਖਾ, ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਰੌਣੀ, ਮਾਸਟਰ ਬਲਵੀਰ ਸਿੰਘ ਜੀ, ਜਸਪ੍ਰੀਤ ਸਿੰਘ ਜੀ ਸੋਨੀ, ਸਰਦਾਰ ਬਲਵੀਰ ਸਿੰਘ ਜੀ, ਜੇਕਰ ਮੈਂ ਨਾਂ ਲੈਣ ਲੱਗ ਜਾਣਾ ਤਾਂ ਬੜਾ ਸਮਾਂ ਲੱਗ ਜਾਣਾ ਤੇ ਖਿਮਾ ਮੰਗਦਾ ਤੇ ਜਿੰਨੇ ਵੀ ਸਾਰੇ ਦੂਰੋਂ ਤੋਂ ਨੇੜੇ ਨਗਰ ਤੋਂ ਪਹੁੰਚੇ ਸਾਰੇ ਸੱਜਣ ਪਹੁੰਚੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਮਿਆਨ ਜਸਪ੍ਰੀਤ ਸਿੰਘ ਸੋਨੀ ਬਾਈ ਜੀ ਜਰਗ ਤੋਂ ਬੈਠੇ ਨੇਗੇ, ਉਹਨਾਂ ਦਾ ਨਿੱਘਾ ਸਵਾਗਤ ਹੈ ਇੱਥੇ। ਹੁਣ ਮੈਂ ਬੇਨਤੀ ਕਰੂੰਗਾ ਹਰਜਿੰਦਰ ਸਿੰਘ ਜੀ ਲੱਖਾ ਰੌਣੀ ਤੇ ਉਹ ਸਾਡੇ ਦਰਮਿਆਨ ਆਪਣੇ ਸ਼ਬਦਾਂ ਦੇ ਨਾਲ ਸਾਂਝ ਪਾਉਣਗੇ। ਹਰਜਿੰਦਰ ਸਿੰਘ ਜੀ ਲੱਖਾ, ਜਰਗ ਵੇਟ ਲਿਫਟਿੰਗ ਵੱਲੋਂ ਕਰਾਏ ਜਾ ਰਹੇ ਸਨਮਾਨ ਸਮਾਰੋਹ ਦੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ MLA ਸਰਦਾਰ ਲਖਵੀਰ ਸਿੰਘ ਪਾਇਲ ਜੀ, ਉਹਨਾਂ ਦੇ ਨਾਲ ਮੇਰੇ ਬਹੁਤ ਪਰਮ ਮਿੱਤਰ ਸਰਦਾਰ ਯਾਦਵਿੰਦਰ ਸਿੰਘ ਜੀ ਜਨਾਈ, ਮਾਸਟਰ ਰਾਮ ਸਿੰਘ ਜੀ ਜਰਗ, ਜਸਪ੍ਰੀਤ ਸਿੰਘ ਜੀ ਸੋਨੀ, ਮਾਸਟਰ ਬਲਵੀਰ ਸਿੰਘ ਜੀ ਜਰਗ, ਸਰਪੰਚ ਸਾਹਿਬ ਜਤਿੰਦਰ ਸਿੰਘ ਜੀ ਅਤੇ ਹੋਰ ਸਾਰੇ ਸਤਿਕਾਰਯੋਗ ਚਾਚਾ ਕਰਤਾਰ ਸਿੰਘ ਜੀ ਰੌਣੀ, ਬੇਅੰਤ ਸਿੰਘ ਜੀ ਤੁਰਮਰੀ, ਸਾਰੇ ਹੀ ਇਲਾਕੇ ਦੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਵੀ ਬੈਠੇ ਨੇ, ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰੇ ਬੁਲਾਰਿਆਂ ਨੇ ਦੱਸਿਆ, ਪੰਜਾਬ ਦਾ ਇਤਿਹਾਸਕ ਨਗਰ ਜਰਗ, ਜਿਸ ਨੇ ਪਹਿਲਾਂ ਵੀ ਬਹੁਤ ਵੱਡੀਆਂ ਮੰਨੇ ਮਾਰੀਆਂ ਨੇ ਹਿੰਦੁਸਤਾਨ ਦੇ ਵਿੱਚ, ਹੀ ਪੂਰੇ ਸੰਸਾਰ ਦੇ ਵਿੱਚ ਜਰਗ ਪਿੰਡ ਦੇ ਨਾਮ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਜਰਗ ਦਾ ਮੇਲਾ
ਜਿਹੜਾ ਲੱਗਦਾ ਉਸ ਕਰਕੇ ਪੂਰੇ ਸੰਸਾਰ ਦੇ ਵਿੱਚ ਇਹ ਜਾਣਿਆ ਜਾਂਦਾ। ਪਰ ਅੱਜ ਆਪਾਂ ਜਿਸ ਗੱਲ ਨੂੰ ਲੈ ਕੇ ਇਸ ਪਿੰਡ ਦੀ ਗੱਲ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਸਭ ਤੋਂ ਵੱਡਾ ਅਹਿਮ ਯੋਗਦਾਨ ਸਰਦਾਰ ਗੁਰਿੰਦਰ ਸਿੰਘ ਉਹਨਾਂ ਦਾ, ਜੋ ਮਾਸਟਰ ਰਾਮ ਸਿੰਘ ਜੀ ਉਹਨਾਂ ਦੇ ਬੇਟੇ ਨੇ, ਵੇਟ ਲਿਫਟਿੰਗ ਦੇ ਕੋਚ ਨੇ, ਸਰਦਾਰ ਹਰਪ੍ਰੀਤ ਸਿੰਘ ਜੀ ਮਾਸਟਰ ਜੀ ਬੜੇ ਸਤਿਕਾਰਯੋਗ ਸਾਡੇ ਰਾਉਣੀ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ। ਹੋਰ ਵੀ ਸਾਡੇ ਮਾਸਟਰ ਸਾਹਿਬਾਨ ਇੱਥੇ ਪਹੁੰਚੇ ਨੇ, ਹਾਕਮ ਸਿੰਘ ਜੀ, ਪੱਤਰਕਾਰ ਵੀਰ ਮੇਰਾ ਬੜਾ ਹੀ ਮਿੱਤਰ ਪਾਲਾ ਰਾਜੇ ਵਾਲੀਏ ਜੀ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਜੀ ਆਇਆਂ ਆਖਦੇ ਆ। ਸੋ ਗੱਲ ਕਰਦੇ ਆ ਕਿ ਇਸ ਪਿੰਡ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਪੂਰੇ। ਉਸ ਤੋਂ ਪਹਿਲਾਂ ਜਿਹੜੇ ਇਸ ਸਾਲ ਨੈਸ਼ਨਲ ਪੱਧਰ ਤੇ ਸਾਡੇ ਜਿਹੜੇ ਇਸ ਸੈਂਟਰ ਦੇ ਜਿਹੜੇ ਖਿਡਾਰੀ ਨੇਗੇ ਉਹ ਪ੍ਰਾਪਤੀਆਂ ਕਰਕੇ ਆਏ ਨੇਗੇ, ਅਸੀਂ ਉਹਨਾਂ ਨੂੰ ਇੱਥੋਂ ਉਹਨਾਂ ਦੇ ਹੱਥੋਂ ਸਨਮਾਨ ਦਿਵਾਉਣੇ ਨੇਗੇ, ਟਰੋਫੀਜ ਇੱਧਰ ਪਈਆਂ ਨੇਗੀਆਂ। 6 ਖਿਡਾਰੀ ਦੇ ਜਿਹੜੇ ਤੇ ਇਸ ਵਾਰ ਨੈਸ਼ਨਲ ਪੱਧਰ ਤੇ ਖੇਡਣ ਗਏ ਸੀਗੇ, ਤੇ ਇਹ ਛੋਟੇ ਜਿਹੇ ਸੈਂਟਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਤੇ ਉਹਨਾਂ ਦੇ ਵਿੱਚੋਂ 2 ਖਿਡਾਰੀ ਗੋਲਡ ਮੈਡਲ ਲੈ ਕੇ ਆਏ ਨੇਗੇ, ਦਿਲਪ੍ਰੀਤ ਸਿੰਘ ਤੇ ਤਗਮੀਤ ਸਿੰਘ, ਤੇ 1 ਖਿਡਾਰੀ ਆ ਸਿਲਵਰ ਮੈਡਲ ਲੈ ਕੇ ਆਇਆ ਗਿਆ, ਜਸਵੀਰ ਸਿੰਘ ਜੱਸੀ। ਤੇ ਮੈਂ ਸਾਡੇ ਮੁੱਖ ਮਹਿਮਾਨ ਸਾਹਿਬ ਨੂੰ, ਰਜਿੰਦਰ ਸਿੰਘ ਲੱਖਾ ਜੀ ਨੂੰ, ਯਾਦਵਿੰਦਰ ਸਿੰਘ ਜੀ ਨੂੰ, ਮਾਸਟਰ ਰਾਮ ਸਿੰਘ ਜੀ ਨੂੰ, ਜਸਪ੍ਰੀਤ ਸਿੰਘ ਸੋਨੀ ਬਾਈ ਨੂੰ, ਸਾਡੇ NRI ਜਿਹੜੇ ਹੋਰ ਨੇਗੇ ਇਹਨਾਂ ਨੂੰ ਬੇਨਤੀ ਕਰੂੰਗਾ ਸਾਹਮਣੇ ਸਟੇਜ ਦੇ ਉੱਤੇ ਰਹਿਣ, ਤੇ ਮੈਂ ਇਕੱਲੇ ਇਕੱਲੇ ਖਿਡਾਰੀ ਦਾ ਨਾਂ ਬੋਲਾਂਗਾ ਤੇ ਉਹ ਖਿਡਾਰੀ ਇੱਥੇ ਆਵੇਗਾ ਤੇ ਇਹਨਾਂ ਦੇ ਹੱਥੋਂ ਮੁਬਾਰਕ ਹੱਥੋਂ ਤੇ ਟਰਾਫੀ ਪ੍ਰਾਪਤ ਕਰਨਗੇ। ਪਹਿਲਾ ਨਾਮ ਹੈਗਾ ਦਿਲਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਲਖਵੀਰ ਸਿੰਘ ਜੀ, ਰਜਿੰਦਰ ਸਿੰਘ ਜੀ, ਜਗਜੀਤ ਸਿੰਘ ਗੱਗੀ ਜੀ, ਮਾਸਟਰ ਪ੍ਰੀਤ ਸਿੰਘ ਜੀ, ਮਾਸਟਰ ਬਲਵੀਰ ਸਿੰਘ ਜੀ, ਆਦੋ ਜੀ, ਦਿਲਪ੍ਰੀਤ ਸਿੰਘ ਇਹ ਖਿਡਾਰੀ ਹੈ ਸਾਡਾ ਜਿਹੜਾ ਗੋਲਡ ਮੈਡਲ ਪ੍ਰਾਪਤ ਕਰਕੇ ਆਇਆ ਸਾਈ ਸੈਂਟਰ ਵੱਲੋਂ ਇਹ ਖੇਡਿਆ ਸੀਗਾ। ਦੂਸਰੇ ਜਿਹੜੇ ਗੋਲਡ ਮੈਡਲਿਸਟ ਨੇ ਪਰਨੀਤ ਸਿੰਘ, ਇਹ ਵੀ ਤਿਆਰ ਰਹੇ ਨੇ, ਪਰਨੀਤ ਸਿੰਘ, ਦਿਲਪ੍ਰੀਤ ਸਿੰਘ ਤੇ ਇਨਾਮ ਲੈ ਰਹੇ ਨੇ। ਸਾਡੇ ਦਰਮਿਆਨ ਚੌਕੀ ਇੰਚਾਰਜ ਦੇਵਰਾਜ ਜੀ ਪਹੁੰਚੇ ਨੇਗੇ ਤੇ ਉਹਨਾਂ ਦੇ ਸਾਥੀ, ਤੇ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਆਦੋ ਜੀ, ਇੰਚਾਰਜ ਸਾਹਿਬ, ਚੌਕੀ ਇੰਚਾਰਜ ਸਾਹਿਬ ਦੇਵਰਾਜ ਜੀ, ਸਰ ਆਜੇ, ਪਰਨੀਤ ਸਿੰਘ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਦਾ ਵਿਦਿਆਰਥੀ ਸਰ ਰਜਿੰਦਰ ਸਿੰਘ ਜੀ ਲੱਖਾ, ਤੇ ਤੁਹਾਡੇ ਪਿੰਡ ਦਾ, ਤੁਹਾਡੇ ਸਕੂਲ ਦਾ ਵਿਦਿਆਰਥੀ ਪਰਨੀਤ ਸਿੰਘ ਗੋਲਡ ਮੈਡਲ ਲੈ ਕੇ ਤੇ ਇਸ ਸਰ ਜ਼ਮੀਨ ਤੇ ਪਹੁੰਚਿਆ। ਸਾਡੇ ਪਿੰਡਾਂ ਦੇ ਰੌਲੀ ਤੋਂ ਹਰਦੀਪ ਸਿੰਘ ਰੌਲੀ, ਬਾਬਾ ਫੁੱਲੂ ਵੀਰ ਅਕੈਡਮੀ ਉਹਨਾਂ ਨੇ ਬਣਾਈ ਹੋਈ ਹੈ ਕਬੱਡੀ ਦੀ। ਇਸ ਤੋਂ ਪਹਿਲਾਂ ਕਿ ਮੈਂ ਸਾਡੇ ਮੁੱਖ ਮਹਿਮਾਨ ਜੀ ਨੂੰ ਸਟੇਜ ਦੇ ਉੱਤੇ ਆਮੰਤ੍ਰਿਤ ਕਰਾਂ, ਤੇ 1-2 ਗੱਲਾਂ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਉਣੀਆਂ ਚਾਹੁੰਦਾ ਹਾਂ। ਤੇ ਇਹ ਪ੍ਰਾਪਤੀ, ਇਹ ਜਿੰਨੀਆਂ ਵੀ ਸਫਲਤਾਵਾਂ ਨੇ ਇਹਦੀਆਂ, ਘੱਟ ਸਾਧਨਾ ਦੇ ਵਿੱਚੋਂ ਵੱਡੀਆਂ ਪ੍ਰਾਪਤੀਆਂ ਨੇਗੀਆਂ ਇਹ। ਇਹ ਛੋਟਾ ਜਿਹਾ ਜਿਹੜਾ ਸੈਂਟਰ ਹੈ,
छोटा जिहा जिहड़ा कमरा है तुसी मुख मेहमान जी तुसी इहदे अंदर जाके देखियो ते जिहड़े वेट लिफ्टिंग दे सैट ने गे बहुत उच्चे ने गे सुपने नहीं मरने चाहिए। जिवें साडा पाशिक कवि हैगा ओह कहिंदा वी पुरश दी कुट सब तों खतरनाक नहीं हुंदी किरत दी लुट सब तों खतरनाक नहीं हुंदी सब तों खतरनाक हुंदा है साडे सुपनिआं दा मर जाणा। सुपने ज्योदो रहने चाहिए ने डिजायर इच्छावां जिहड़ियां ज्योदियां रहनियां चाहीदियां ने जिन्नी वड्डी इच्छा साडी होएगी उन्नी वड्डी सफलता होएगी ते इन्हां इच्छावां नूं इन्हां सुपनिआं नूं साकार करना साडे सारिआं दा फर्ज है। एक जिहड़ा बच्चा जो जन्म लैंदा हैगा मां बाप तो जो संस्कार ने उहदे शुरू हो जांदे ने गे फिर अगे जिहड़े जिन्ने भी उहदे संपर्क दे विच जिन्ने भी आउंदे ने गे सारे संस्कार दिंदे चले जांदे ने गे ਉਹਨੂੰ ਸੇਧ ਦਿੰਦੇ ਚਲੇ ਜਾਂਦੇ ਨੇਗੇ ਤੇ ਅਧਿਆਪਕ ਸਾਹਿਬਾਨ ਨੇਗੇ ਉਹਨੂੰ ਸੰਸਕਾਰ ਦਿੰਦੇ ਨੇਗੇ ਉਹਨੂੰ ਦਿਸ਼ਾ ਪ੍ਰਦਾਨ ਕਰਦੇ ਨੇਗੇ ਤੇ ਸਾਰਿਆਂ ਦਾ ਵੱਖਰਾ ਵੱਖਰਾ ਯੋਗਦਾਨ ਹੁੰਦਾ ਹੈਗਾ। ਮਾਂ ਬਾਪ ਨੇ ਉਹਨਾਂ ਦੀ ਖੁਰਾਕ ਦਾ ਧਿਆਨ ਰੱਖਦੇ ਨੇਗੇ ਪੈਸੇ ਵੱਲੋਂ ਕੱਪੜੇ ਵੱਲੋਂ ਕੋਈ ਕਮੀ ਹੁੰਦੀ ਉਹ ਪੂਰੀ ਕਰਦੇ ਨੇਗੇ ਤੇ ਜਿਵੇਂ ਜਿਵੇਂ ਸਮਾਜ ਦੇ ਵਿੱਚ ਅਸੀਂ ਸਮਾਜ ਦੇ ਇੱਕ ਨੇ ਸੈਂਟਰ ਦੇ ਵਿੱਚੋਂ ਆਏ ਸੀਗੇ ਤੇ ਉਹ ਦੋਨੇ ਉਹਨਾਂ ਨੇ ਰੱਖ ਲਏ ਸੀਗੇ ਤੇ ਇਹ ਸੈਂਟਰ ਨੂੰ ਉਹ ਸੈਟ ਨਹੀਂ ਮਿਲੇ ਸੀਗੇ। ਇੱਥੇ ਦੋ ਵਿੰਗ ਚੱਲਦੇ ਨੇ ਇੱਕ ਲੜਕੀਆਂ ਦਾ ਚੱਲਦਾ ਇੱਕ ਲੜਕਿਆਂ ਦਾ ਚੱਲਦਾ ਹੈਗਾ। ਦੋ ਲੀਕੋ ਦੇ ਸੈੱਟ ਜੋ ਤੁਸੀਂ ਇਸ ਸੈਂਟਰ ਨੂੰ ਪ੍ਰਦਾਨ ਕਰ ਦਵੋ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ। ਇਹਨਾਂ ਬੱਚਿਆਂ ਦੇ ਉੱਤੇ ਬਹੁਤ ਵੱਡੀ ਤੁਹਾਨੂੰ ਅਸੀਸ ਹੈ ਤੇ ਤੁਸੀਂ ਐਜ ਏ ਲੀਡਰ ਨਹੀਂ ਆਏ ਹੈਗੇ ਇੱਥੇ ਸਾਡੇ ਪਰਿਵਾਰਕ ਮੈਂਬਰ ਹੋ ਤੁਹਾਡੇ ਨਾਲ ਅਸੀਂ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ ਤੇ ਸਾਡੇ ਨਾਲ ਤੁਹਾਡੀਆਂ ਸਾਂਝਾਂ ਬੜੀਆਂ ਪੀੜੀਆਂ ਨੇਗੀਆਂ ਸਾਡੇ ਪਰਿਵਾਰਾਂ ਦੇ ਵਿੱਚ ਵਿਚਰਨ ਵਾਲੇ ਹੋਵੇ ਤੁਸੀਂ ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਤੁਹਾਤੋਂ ਮੰਗ ਸਕਦੇ ਹਾਂ ਕਿਰਪਾ ਕਰਕੇ ਤੁਹਾਨੂੰ ਨਿਮਰਤਾ ਸਾਹਿਬ ਬੇਨਤੀ ਹੈ ਦੋ ਲੀਕੋ ਦੇ ਸੈੱਟ ਤੇ ਇਸ ਸੈਂਟਰ ਨੂੰ ਤੇ ਜ਼ਰੂਰ ਦਿੱਤੇ ਜਾਣ। ਹਲਕਾ ਵਿਧਾਇਕ ਸਾਡੇ ਨੁਮਾਇੰਦੇ ਸਾਡੇ ਆਪਣੇ ਲਖਵੀਰ ਸਿੰਘ ਜੀ ਲੱਖਾ ਹੁਣੇ ਮੈਂ ਲੀਕੋ ਦੇ ਸੈੱਟ ਦੀ ਗੱਲ ਕੀਤੀ ਹੈਗੀ ਆ। ਬਲਵੀਰ ਸਿੰਘ ਜੀ ਕੈਨੇਡਾ ਸਾਡੇ NRI ਭਰਾ ਨੇਗੇ ਉਹਨਾਂ ਦੇ ਵੱਲੋਂ ਲੀਕੋ ਦਾ ਸੈੱਟ ਖਰੀਦਣ ਦੇ ਲਈ 10,000 ਦਾ ਯੋਗਦਾਨ ਦਿੱਤਾ ਜਾਂਦਾ ਹੈਗਾ। ਧੰਨਵਾਦ। ਤੇ ਲਖਵੀਰ ਸਿੰਘ ਜੀ ਲੱਖਾ ਜੀ ਬਹੁਤ ਹੀ ਸਤਿਕਾਰਯੋਗ ਅੱਜ ਦੇ ਸਮਾਗਮ ਦੇ ਕਰਤਾ ਧਰਤਾ ਗੁਰਿੰਦਰ ਸਿੰਘ ਕਾਕਾ ਜੀ ਇਸ ਇਲਾਕੇ ਦੇ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਸਰਦਾਰ ਰਜਿੰਦਰ ਸਿੰਘ ਜੀ ਲੱਖਾ ਰਾਣੀ ਸਰਦਾਰ ਯਾਦਵਿੰਦਰ ਸਿੰਘ ਜੀ ਜੰਡਾਲੀ ਮਾਸਟਰ ਰਾਮ ਸਿੰਘ ਜੀ ਮਾਸਟਰ ਪ੍ਰਵੀਰ ਸਿੰਘ ਜੀ ਸਰਦਾਰ ਕਰਤਾਰ ਸਿੰਘ ਜੀ ਰਾਣੀ ਬਾਈ ਜਸਪ੍ਰੀਤ ਸਿੰਘ ਸੋਨੀ ਬਾਈ ਜੀ ਬਾਈ ਸਰਬਜੀਤ ਸਿੰਘ ਜੀ ਕਿਰਤਪਾਲ ਸਿੰਘ ਜੀ ਪੱਟੀ ਜੀ ਦੇਸ਼ ਨਗਰ ਦੇ ਸਰਪੰਚ ਜਤਿੰਦਰ ਸਿੰਘ ਜੀ ਕਪੂਰ ਸਿੰਘ ਜੀ ਮਾਸਟਰ ਜੀ ਤੇ ਸਾਰੇ ਹੀ ਸਾਡੇ ਨੌਜਵਾਨ ਸਾਥੀ ਸਾਡੇ ਬੱਚੇ ਮਾਤਾਵਾਂ ਭੈਣਾਂ ਬੜੀ ਖੁਸ਼ੀ ਦੀ ਗੱਲ ਹੈ ਵੀ ਪੰਜਾਬ ਦੇ ਨਾਮਵਰ ਪਿੰਡ ਜਰਗ ਵਿੱਚ ਜਿਹੜੇ ਬੱਚੇ ਨੇ ਆਪਣੀ ਜੌਹਰ ਦਿਖਾ ਕੇ ਇਸ ਨਗਰ ਦਾ ਨਾਮ ਉੱਚਾ ਕੀਤਾ ਉਹਨਾਂ ਨੂੰ ਆਪਣੇ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵਧਾਈ ਦਿੰਦਾ। ਮੈਨੂੰ ਮਿਲਣਾ ਸਪੈਸ਼ਲ ਇਸ ਪਿੰਡ ਦੀ ਇਹ ਵਾਕਾ ਵੀ ਦੱਸੂਗਾ ਉਹਨਾਂ ਨੂੰ ਤੇ ਉਹਨਾਂ ਤੋਂ ਮੰਗ ਕਰੂੰਗਾ ਵੀ ਦੋ ਮਸ਼ੀਨਾਂ ਪੰਜਾਬ ਸਰਕਾਰ ਵੱਲੋਂ ਇੱਥੇ ਪ੍ਰੋਵਾਈਡ ਕਰਾਈਆਂ ਜਾਣ ਤੇ ਨਾਲ ਹੀ ਸਰਪੰਚ ਸਾਹਿਬ ਦੱਸ ਰਿਹਾ ਸੀ ਜਿਹੜੇ ਪਿੰਡ ਦੇ ਕੰਮ ਕਾਰ ਹੋਣ ਵਾਲੇ ਨੇ ਚਾਹੇ 30 ਲੱਖ ਲੱਗਦਾ ਚਾਹੇ 40 ਲੱਖ ਲੱਗਦਾ ਸਰਪੰਚ ਸਾਹਿਬ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਨਾਲੀਆਂ ਨੇ ਉਹਨਾਂ ਦੇ ਮਤੇ ਪਾ ਕੇ 5 ਦਿਨ ਦੇ ਵਿੱਚ ਵਿੱਚ ਮੈਨੂੰ ਜ਼ਰੂਰ ਦਿਓ। ਜਿੰਨੇ ਵੀ ਪੈਸੇ ਲੱਗਣਗੇ ਉਹ ਮੈਂ ਤੁਹਾਨੂੰ ਲਿਆ ਕੇ ਦਊਂਗਾ। ਇਸ ਕਰਕੇ ਇਹ ਪਾਰਟੀਬਾਜ਼ੀ ਦੀ ਗੱਲ ਨਹੀਂ ਹੁੰਦੀ ਇਹ ਸਾਰੇ ਸਮਾਜ ਦੀ ਨਗਰ ਦੀ ਸਾਂਝੀ ਗੱਲ ਹੁੰਦੀ ਆ। ਜੇ ਅਸੀਂ ਕਿਸੇ ਲਈ ਕੁਛ ਕਰਾਂਗੇ ਤਾਂ ਵੀ ਕੋਈ ਸਾਡੇ ਕੋਲ ਆਉਣੇ ਮੇਰੇ ਵਰਗੇ ਲੱਖੇ ਬਥੇਰੇ ਤੁਰੇ ਫਿਰਦੇ ਨੇ ਕੌਣ ਕਿਸੇ ਕੋਲ ਜਾਂਦਾ। ਇਸ ਕਰਕੇ ਬੇਨਤੀ ਹੈ ਨਗਰ ਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਣੇ ਨਗਰ ਜੇ ਇਤਿਹਾਸਕ ਨਗਰ ਆ ਸਾਡੇ ਦੇਸ਼ ਦੁਨੀਆਂ ਅੰਦਰ ਜਾਣਿਆ ਜਾਂਦਾ ਤਾਂ ਇਹਦੀ ਸਫਾਈ ਵੀ ਵਧੀਆ ਹੋਣੀ ਚਾਹੀਦੀ ਹੈ ਤੇ ਗਲੀਆਂ ਨਾਲੀਆਂ ਵੀ ਵਧੀਆ ਹੋਣ ਤੇ ਤੁਸੀਂ ਜੋ ਸਰਪੰਚ ਸਾਹਿਬ ਹੁਕਮ ਕਰੇਗੇ ਮੈਂ ਪੂਰਾ ਕਰਾ ਕੇ ਦਊਂਗਾ। ਤੁਸੀਂ ਮੈਨੂੰ ਉਰੇ ਬੁਲਾ ਕੇ ਮਾਣ ਬਖਸ਼ਿਆ ਮੈਂ ਆਪਣੇ ਵੱਲੋਂ ਆਪਣੇ ਜੇਬ ਵਿੱਚੋਂ 5,100 ਰੁਪਇਆ ਕਾਕਾ ਜੀ ਨੂੰ ਇਸ ਕਲੱਬ ਨੂੰ ਦਿੰਦਾ ਤੇ ਬੇਨਤੀ ਕਰਦਾ ਵੀ ਅਜਿਹੇ ਰੁਝਾਨ ਸਾਡੇ ਨੌਜਵਾਨਾਂ ਵਿੱਚ ਪੈਦਾ ਕਰਕੇ ਉਹਨਾਂ ਨੂੰ ਅੱਗੇ ਗੱਲ ਵਧਾਇਆ ਜਾਵੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇ ਵਿੱਚ ਪਹੁੰਚੇ
बहुत बहुत धन्यवाद। निशानी है इसका याद रहेगा कि तुसी इस वेटलिफ्टिंग सेंटर के पिधारे सीगे ते ये साडे वल्लों नजराना है गिफ्ट है तुहानू यादगार। ਸਾਡੇ ਇਲਾਕੇ ਦੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਲੱਖਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਨੂੰ ਸੋਹਣਾ ਬਣਾਇਆ। ਸਰਦਾਰ ਰਜਿੰਦਰ ਸਿੰਘ ਜੀ ਲੱਖਾ ਰਾਣੀ ਸਾਹਿਬ, ਸਰਦਾਰ ਯਾਦਵਿੰਦਰ ਸਿੰਘ ਜੀ, ਸਰਪੰਚ ਜਤਿੰਦਰ ਸਿੰਘ ਜੀ, ਨਰਿੰਦਰ ਸਿੰਘ ਜੀ, ਮੰਦਰ ਬਲਾਕ ਸੰਤੀ, ਜਸਪ੍ਰੀਤ ਸਿੰਘ ਜੀ, ਸੋਨੀ ਬਾਈ, ਜਗਜੀਤ ਸਿੰਘ ਜੀ, ਬੀਬੀ ਜੀ, ਸਰਬਜੀਤ ਸਿੰਘ ਜੀ, ਸਰਦਾਰ ਬਲਬੀਰ ਸਿੰਘ ਜੀ ਕਨੇਡਾ, ਸਰਦਾਰ ਬਲਬੀਰ ਸਿੰਘ ਜੀ ਮਾਸਟਰ ਜੀ, ਸਰਦਾਰ ਪ੍ਰੇਮਚੰਦ ਸਿੰਘ ਜੀ ਜੀ, ਕਈ ਸੱਜਣਾਂ ਦੇ ਨਾਂ ਬੋਲਣੋ ਰਹਿ ਵੀ ਜਾਣੇ ਨੇ ਤੇ ਸ਼ਾਇਦ ਮੇਰੇ ਬੋਲੇ ਵੀ ਨਹੀਂ ਜਾਣੇ। ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਇਸ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਨੂੰ ਸੋਹਣਾ ਬਣਾਇਆ। ਧੰਨਵਾਦ ਜੀ। ਸਾਰੇ ਦੋਸਤਾਂ ਨੂੰ ਸੱਜਣਾਂ ਨੂੰ ਬੇਨਤੀ ਹੈ ਕਿ ਚਾਹ ਦਾ ਲੰਗਰ ਤਿਆਰ ਹੈ, ਗਰਮ ਪਕੌੜੇ ਨੇ, ਚਾਹ ਦਾ ਪਕੌੜੇ ਜ਼ਰੂਰ ਛਕੀ ਜਾਣ। ਧੰਨਵਾਦ ਜੀ।